ਅਚਾਨਕ ਸੜਕ ਹਾਦਸੇ ਦੇ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਦਰਦਨਾਕ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਕੌਰ ਆਪਣੀ ਬਾਈਕ ਤੇ ਸਵਾਰ ਹੋ ਕੇ ਟਿਊਸ਼ਨ ਦੇ ਲਈ ਜਾ ਰਹੀ ਸੀ ਤੇ ਰਾਹ ਦੇ ਵਿੱਚ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਉਸਨੂੰ ਇੰਨੀ ਜ਼ੋਰ ਨਾਲ ਟੱਕਰ ਮਾਰੀ ਜਾਂਦੀ ਹੈ ਕਿ ਅਮਨਦੀਪ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਜਦੋਂ ਪਰਿਵਾਰਕ ਮੈਂਬਰਾਂ ਨੂੰ ਅਮਨਦੀਪ ਦੀ ਮੌਤ ਦੀ ਖਬਰ ਮਿਲਦੀ ਹੈ ਤਾਂ ਉਹਨਾਂ ਦੇ ਵੱਲੋਂ ਹਸਪਤਾਲ ਦੇ ਬਾਹਰ ਹੰਗਾਮਾ ਕੀਤਾ ਜਾਂਦਾ ਹੈ ਤੇ ਸੜਕ ਵਿਚਾਲੇ ਰੋਸ ਪ੍ਰਦਰਸ਼ਨ ਕਰਦਿਆਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ। ਇਹ ਹਾਦਸਾ ਫਾਜ਼ਿਲਕਾ ਦੇ ਸਰਹੱਦੀ ਪਿੰਡ ਕੋਠਾ ਠੰਗਣੀ ਵਿੱਚ ਹੋਈ ਹੈ, ਜਿੱਥੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਅਮਨਦੀਪ ਕੌਰ, ਜੋ ਕਿ 12ਵੀਂ ਜਮਾਤ ਦੀ ਵਿਦਿਆਰਥਣ ਸੀ, ਟਿਊਸ਼ਨ ਦੇ ਲਈ ਜਾ ਰਹੀ ਸੀ ਤਾਂ ਰਾਹ ਦੇ ਵਿੱਚ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਉਸਨੂੰ ਜ਼ੋਰਦਾਰ ਟੱਕਰ ਮਾਰੀ ਜਾਂਦੀ ਹੈ, ਜਿਸ ਵਿੱਚ ਅਮਨਦੀਪ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਦੀਆਂ ਦੋ ਹੋਰ ਭੈਣਾਂ ਨੇ, ਇਹਨਾਂ ਦਾ ਕੋਈ ਵੀ ਭਰਾ ਨਹੀਂ ਹੈ। ਉਧਰ ਹੀ ਜਿਵੇਂ ਹੀ ਅਮਨਦੀਪ ਦੀ ਮੌਤ ਦੀ ਖਬਰ ਪਰਿਵਾਰ ਨੂੰ ਮਿਲਦੀ ਹੈ ਤਾਂ ਉਹਨਾਂ ਦਾ ਵੀ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ ਤੇ ਉਹ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿਸ ਵਾਹਨ ਵੱਲੋਂ ਵੀ ਉਸਨੂੰ ਟੱਕਰ ਮਾਰੀ ਗਈ ਹੈ, ਜਿਸ ਕਰਕੇ ਉਸਦੀ ਮੌਤ ਹੋਈ ਹੈ, ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਪੁਲਿਸ ਦੇ ਵੱਲੋਂ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸਰ ਐਕਚੁਅਲੀ ਇੱਥੇ ਟਿਊਸ਼ਨ ਪੜ੍ਹਦੇ ਸੀ ਤੇ ਹੁਣ ਆ ਨਹੀਂ ਸਾਨੂੰ ਪਤਾ ਲੱਗਿਆ ਕਿ ਉਧਰ ਕੋਈ ਸ਼ਾਇਦ ਫਰੈਂਡ ਨੂੰ ਛੱਡਣ ਗਈ ਹੈ ਜਾਂ ਕਿਵੇਂ ਗਈ ਹੈ। ਇਹ ਇੱਥੇ ਦੱਸੀ ਜਾਂਦੇ ਆ ਜੀ ਪੱਕੇ ਦੇ ਰੋਡ ਤੇ ਮਾਤਮ ਨਗਰ ਜੀ, ਇਹਦਾ ਅਮਨਦੀਪ ਜੀ 12ਵੀਂ, ਇਹ ਸਾਨੂੰ ਫੋਨ ਹੀ ਗਿਆ ਸੀ, ਫੋਨ ਗਿਆ ਵੀ ਐਕਸੀਡੈਂਟ ਹੋ ਗਿਆ। ਅਸੀਂ ਐਕਚੁਅਲੀ ਸਰ ਇੱਥੇ ਹਸਪੀਟਲ ਹੀ ਪਹੁੰਚੇ ਉਦੋਂ ਤਾਂ ਇੱਥੇ ਡੈਡ ਬੋਡੀ ਲੈ ਕੇ ਪਹੁੰਚ ਆਏ ਸੀ। ਕੀ ਹੋਇਆ ਜੀ, ਕਿੰਦੇ 'ਚ ਹੋਇਆ? ਕਹਿ ਰਹੇ ਨੂੰ ਜੀ ਹਾਥੀ 'ਚ ਐਕਸੀਡੈਂਟ ਹੋਇਆ, ਲੱਕੜਾਂ ਦਾ ਹਾਥੀ ਭਰਿਆ ਹੋਇਆ ਸੀ ਤਾਂ ਆਪਣੀ ਸਾਈਡ ਤੇ ਯਾਰ। ਅਸੀਂ ਮੰਗ ਕਰਦੇ ਹਾਂ ਜੀ ਇਨਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਰ, ਜਿਹੜੀ ਜੋ ਵੀ ਹੈ ਜਿੰਦੇ 'ਚ ਵਜਾ ਹੁੰਦੀ ਜਲਦੀ ਤੋਂ ਜਲਦੀ ਪ੍ਰਸ਼ਾਸਨ ਕਾਰਵਾਈ ਕਰੇ। ਸ਼ਾਮ ਨੂੰ ਉੱਥੋਂ ਪਤਾ ਨਹੀਂ ਟਿਊਸ਼ਨ ਕਿੱਥੇ ਪੜ੍ਹਨ ਆਈ ਕਰੂ, ਕਹਿੰਦੇ ਮਾਤਾ ਜੀ ਕਹਿ ਰਹੀ ਸੀ ਇੱਧਰ ਪਤਾ ਨਹੀਂ ਕਿਸੇ ਨੂੰ ਛੱਡਣ ਗਈ ਹੈ ਕਿ ਇੱਧਰ ਪੜ੍ਹਨ ਗਈ ਹੈ ਕਿੱਥੇ ਗਈ, ਮੈਨੂੰ ਪੱਕਾ ਪਤਾ ਨਹੀਂ ਆਪ ਨੂੰ। ਪਤਾ ਲੱਗਾ ਵੀ ਦੂਜੀ ਕੁੜੀ ਐਕਸੀਡੈਂਟ ਹੋ ਗਈ ਹੈ ਇਹਦੇ ਟੰਗਣੀ ਵਾਲੇ ਰੋਡ ਤੇ, ਇੱਥੇ ਫਿਰ ਤਾਂ ਘਰੂ ਚੱਲੇ ਹੈ ਵੀ ਇੱਥੇ ਪਤਾ ਲੱਗਾ ਵੀ ਇੱਥੇ ਲਈ ਜਾਂਦੇ ਨੇ ਮੋਟਰਸਾਈਕਲ ਤੇ ਸੀਗੀ। ਪਤਾ ਇਹ ਮੈਨੂੰ ਨਹੀਂ, ਪਤਾ ਨਹੀਂ ਕਿਸੇ ਕੁੜੀ ਨੂੰ ਛੱਡਣ ਗਈ ਹੈ ਕਿਸ ਤਰ੍ਹਾਂ, ਟਿਊਸ਼ਨ ਘਰੂ ਤਾਂ ਕਹਿੰਦੇ ਨੇ ਪੜ੍ਹਨ ਗਈ ਸ਼ਾਮ ਨੂੰ। ਐਕਸੀਡੈਂਟ ਤਾਂ ਇੱਥੇ ਹੁਣ ਸੁਣਿਆ ਵੀ ਕਿਸੇ ਹਾਥੀ ਕੋਈ ਲੱਕੜਾਂ ਦਾ ਜਾ ਰਿਹਾ ਸੀ, ਪਤਾ ਨਹੀਂ ਚਨਾਠਾਂ ਹੀ ਆ ਕਿ ਕੀ ਆ ਉਹਦੇ ਉੱਤੇ, ਉਹਦੇ ਵਿੱਚ ਕਹਿੰਦੇ ਨੇ ਵੱਜੀ ਹੈ। ਅਸੀਂ ਸਾਡਾ ਇਨਸਾਫ਼ ਕੀਤਾ ਜਾਵੇ, ਜੋ ਵੀ ਹੈ ਇਨਸਾਫ਼ ਹੋਣਾ ਚਾਹੀਦਾ। 12ਵੀਂ ਕਲਾਸ ਪੜ ਚੰਗੜ ਪੈਣੀ ਸ਼ਹਿਰ ਹੀ ਘਰੋਂ ਤਾਂ ਕਹਿੰਦੇ ਨੇ ਟਿਊਸ਼ਨ ਗਈ, ਪਤਾ ਨਹੀਂ ਮੈਨੂੰ ਤਾਂ ਪੱਕਾ ਪਤਾ ਨਹੀਂ, ਹੈਨ ਸਾਡੇ ਘਰ ਤੋਂ ਤਾਂ ਵਗਰੇ ਨੇ ਕੁੜੀ ਅਮਨ ਕੌਰ ਐਕਸੀਡੈਂਟ ਹੋ ਕੇ ਮੌਕੇ ਤੇ ਮੌਤ ਹੋ ਗਈ ਹੈ। ਅਨਨੋਨ ਕੋਈ ਵਹੀਕਲ ਇਹਨੂੰ ਮਾਰ ਗਿਆ ਫੇਟ, ਇਹਦੀ ਮੌਕੇ ਤੇ ਮੌਤ ਹੋ ਗਈ। ਅਸੀਂ ਮੌਕੇ ਤੇ ਪਹੁੰਚੇ ਹਾਂ, ਹਸਪਤਾਲ ਲੈ ਕੇ ਆਏ ਹਾਂ। ਜੋ ਵੀ ਬਣਦੀ ਕਾਰਵਾਈ ਹੈ ਉਹ ਇਹਨਾਂ ਦੇ ਬਿਆਨ ਲਿਖ ਕੇ, ਪਰਿਵਾਰ ਇਹਨਾਂ ਦਾ ਆ ਗਿਆ, ਬਿਆਨ ਲਿਖ ਕੇ ਪਰਚਾ ਦਰਜ ਕਰਾਂਗੇ ਤੇ ਅੱਗੇ ਇਨਵੈਸਟੀਗੇਸ਼ਨ ਕਰਾਂਗੇ। ਜਿਹੜਾ ਵੀ ਕੋਈ ਅਨਨੋਨ ਵਹੀਕਲ ਆ ਉਹਨੂੰ ਟਰੇਸ ਕਰਕੇ ਉਹਨੂੰ ਗ੍ਰਿਫਤਾਰ ਕਰਾਂਗੇ। ਇਹ ਪਿੰਡ ਠੱਗਣੀ ਵਾਲਾ, ਠੱਗਣੀ ਦੇ ਲਾਗੇ ਕੋਈ ਹੋਇਆ ਲਿੰਕ ਰੋਡ ਦੇ ਉੱਤੇ, ਚਾਨਣ ਵਾਲਾ ਰੋਡ ਦੇ ਉੱਤੇ। ਲੜਕੀ ਇਕੱਲੀ ਕਹਿੰਦੇ ਸੀ ਮੋਟਰਸਾਈਕਲ ਤੇ ਸੀ ਤੇ ਇਹਦੀ ਕਰਕੇ ਐਫ ਆਈ ਆਰ ਦਰਜ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਆ ਕਹਿੰਦੇ ਇਹੋ ਵੀ ਆਪ ਡਰਾਈਵ ਕਰ ਰਹੀ ਸੀ, ਇਕੱਲੀ ਸੀ, ਐਫ ਆਈ ਆਰ ਦਰਜ ਕਰਨ ਲੱਗੇ ਹਾਂ ਕਰਕੇ ਫਿਰ ਵੀ ਜਿਹੜੀ ਆਪਾਂ ਦੀ ਕਾਰਵਾਈ ਕਰਕੇ ਤੇ ਕਮਿਸ਼ਨ ਮੁਰਜ਼ਾ ਲਿਆਵਾਂਗੇ। ਅਜੇ ਕੁਛ ਨਹੀਂ ਹੈ, ਕੁਛ ਕਲੀਅਰ ਨਹੀਂ ਗਾ, ਅਜੇ ਉੱਥੋਂ ਦੇਖਾਂਗੇ ਕੈਮਰਾ, ਸੀ ਸੀ ਟੀ ਵੀ ਕੈਮਰਾ ਚੈੱਕ ਕਰਾਂਗੇ ਜਾਂ ਹੋਰ ਵੀ ਕਿਸੇ ਨੇ ਕੋਈ ਦੇਖਿਆ ਹੋਗਾ ਤੇ ਉਹਦਾ ਟਰੇਸ ਕਰਕੇ ਉਹਨੂੰ ਫਿਰ ਨਾਮਜ਼ਦ ਕਰਾਂਗੇ ਦੋਸ਼ੀ ਨੂੰ। ਡੈੱਡ ਬੋਡੀ ਅਸੀਂ ਮੋਰਚੇ ਖਾ ਕੇ ਐਫ ਆਈ ਆਰ ਦਰਜ ਕਰਕੇ ਫਿਰ ਇਹਦੀ ਸਵੇਰੇ ਪੋਸਟਮਾਰਟਮ ਕਰਾ ਕੇ
ਵਾਰਸਾਂ ਦੇ ਹਵਾਲੇ ਕਰਦਾ।